ਹੈ ਕਿਸਾਨ ਵੀਰੋ, ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਡਰੈਸ ਦੱਸੋ ਜੀ ਆਪਣਾ। ਨਾਮ ਜੱਗੀ ਆ ਜੀ, ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ, ਬਰਨਾਲਾ ਸ਼ਹਿਰ ਆਪਣਾ ਜੀ। ਠੀਕ ਹੈ, ਇਹ ਐਡਰੈਸ ਆਪਾਂ ਪਹਿਲਾਂ ਦੱਸ ਦਿੰਦੇ ਹਾਂ ਆਪਣੇ ਰੋਡ ਦਾ, ਵੈਸੇ ਆਪਣਾ ਸ਼ਹਿਰ ਬਰਨਾਲਾ ਹੈਗਾ ਖਾਸ। ਮੋਬਾਈਲ ਨੰਬਰ ਜੀ ਆਪਣਾ 98 153 60 107 ਜੀ। ਠੀਕ ਹੈ, ਬਰਨਾਲਾ ਰੋਡ ਆਹ ਸੇਖਾ ਰੋਡ ਤੇ ਆ ਗਿਆ ਹਨਾ। ਹਾਂਜੀ, ਸੇਖਾ ਰੋਡ ਤੇ ਜਿਵੇਂ ਪਿੰਡ ਦੀ ਬਾਹਰ ਬਾਹਰ ਫਿਰਨੀ ਹੁੰਦੀ ਹੈ, ਲੁਧਿਆਣਾ ਰੋਡ ਨਿਕਲਦਾ ਜੀ, ਲੁਧਿਆਣਾ ਰੋਡ ਦੇ ਉੱਤੇ ਹੀ ਨਾ ਆਪਣਾ ਰੋਡ ਮੇਨ ਰੋਡ ਨੂੰ ਮੁਰੇ ਜਾਂਦਾ ਫਿਰ ਜੀ। ਠੀਕ ਹੈ, ਅੱਜ ਆਪਣੇ ਕੋਲੇ ਕਿਆ ਗਾਵਾਂ ਖੜੀਆਂ ਹੈਗੀਆਂ? ਗਾਵਾਂ ਆਪਣੇ ਕੋਲੇ ਅੱਜ 15 ਗਾਵਾਂ ਇਸ ਟਾਈਮ ਲੈਵਲ ਤਿਆਰ ਨੇ ਜੀ। ਠੀਕ ਹੈ, ਦੋ ਹੋ ਚਲੇ ਗਈਆਂ ਹਨਾ। ਹਾਂ, ਦੋ ਤਾਂ 3000 ਹੋਣੀ ਵਿਕਣੀ ਨੇ ਤੁਹਾਡੇ ਸਾਹਮਣੇ। ਹਾਂ ਠੀਕ ਹੈ, ਤੇ ਬਾਕੀ ਹੋਰ ਵੀ ਮਾਲ ਆ ਜਾਊਗਾ ਕੱਲ ਨੂੰ ਆਪਣੇ ਕੋਲੇ, ਬਾਈਕ ਵੀ ਬੈਠਾ ਹੋਣਗੀ। ਮਾਲਾ ਜੇ ਕੋਈ ਵੀਰ ਆ ਗਿਆ ਖਾਲੀ ਮੋੜਨ ਵਾਲਾ ਕੰਮ ਹੈ ਨਹੀਂ, ਖਾਲੀ ਮੋੜਨ ਵਾਲਾ ਕੰਮ ਹੀ ਨਹੀਂ, 15-16 ਹਰ ਵਕਤ ਹੁੰਦੀਆਂ ਹੁੰਦੀਆਂ। ਪਹਿਲੇ ਨੰਬਰ ਜਿਹੜੀ ਜਰਸੀ ਦੇਖੀ ਜਾਂਦੇ ਆ, ਮੁੱਛ ਦਾ ਵਾਲ ਹੀ ਖੜਾ ਪਹਿਲੇ ਨੰਬਰ ਤੇ। ਠੀਕ ਹੈ, ਕਿਹੜਾ ਸੂਆ ਸੁੰਦੀ ਆ? ਸੂਆ ਦੂਜਾ ਬਾਈ ਜੀ, ਕਾਨੂੰਨ ਦਾ ਤੁਸੀਂ 26 ਕਿਲੋ ਦਿੱਤਾ ਹੋਇਆ। ਠੀਕ ਹੈ, ਕਿੰਨਾ ਮੰਨ ਕੇ ਚੱਲੇ ਬੰਦਾ ਇਹਦੇ? ਤੇ ਦਿਨ ਕਿਆ ਕ ਲੈਂਦੇ ਸੂਣ ਦੇ ਜੀ? ਇਹ ਦਿਨ ਇੱਕ ਹਫਤਾ ਪਿਆ ਬਾਈ ਜੀ, ਹਲੇ 6 ਦਿਨ ਦਾ ਕੀ ਮੂੰਹ ਪਿਓਰ। ਠੀਕ ਹੈ, ਦੂਜਾ ਸਵਾਲ ਲੈਣਾ ਤੁਸੀਂ, ਐ ਮੰਨ ਲਓ ਦੇਖ ਲਓ ਹਲੇ ਅਖਬਾਰ ਨੂੰ ਵੱਧਾ ਹਨਾ। ਮੈਂ ਕਿਹਾ ਪੂਰਾ ਟੌਪ ਕਲਾਸ ਬਾਈ, ਹੁਣ ਜਿਹਨੇ 26-27 ਕਿਲੋ ਲੈਵੇ ਜੀ ਕੱਢਣਾ ਹੈਗਾ, ਬਾਕੀ ਬੋਡੀ ਵੇਟ ਦੀ ਬਹੁਤ ਚੰਗੀ ਆ ਬੱਚੀ। ਠੀਕ ਹੈ, ਆ ਦੰਦਾਂ ਦੀ ਤੂੰ ਐ ਕਹਿਣ ਦੀ ਨਹੀਂ, ਕੋਈ ਵੀ ਵੀਰਾਂ ਆ ਕੇ ਐਨ ਚੈੱਕ ਕਰਕੇ ਲੈ ਜਾ ਸਕਦਾ ਦੇਖ ਲਓ। ਨਾੜਾ ਨੂੜਾ ਹਵਾ ਪਰ ਆਪਣੇ ਕੋਲ ਸਾਫ ਸੁਥਰੀ ਆ ਜਾਵਾਂ। ਮੈਂ ਕਿਹਾ ਪੂਰੀ ਟੌਪ ਕਲਾਸ ਆ ਬਾਈ, ਹਵਾਨੇ ਤੇ ਨਾੜਾ ਨੂੜਾ ਦਿਖਾ ਦੇ ਚੰਗੀ ਤਰ੍ਹਾਂ। ਠੀਕ ਹੈ, ਬਹੁਤ ਚੰਗੀਆਂ ਪਾਈਪਾਂ ਦੁੱਧ ਵਾਲੀਆਂ। ਮਾਨਦਾਨ ਜਿਹਾ ਹੋਊਗਾ? ਹਾਂ, ਮਾਨਦਾਨ ਕਰਦੇ, ਇੱਕ ਹੱਥ ਬੰਨ ਕੇ ਬੇਨਤੀ ਆ ਵੀਰਾਂ ਨੂੰ, ਜਿਹੜਾ ਵੀ ਵੀਰ ਵੀਡੀਓ ਦੇਖਦੇ ਆ, ਬਸ ਆਪਣੇ ਜਿਹੜੇ ਰੇਟ ਹੋਣਗੇ ਉਹ ਜਿਹਨਾਂ ਨੂੰ ਹੋਣਗੇ, ਜਮਾਂ ਬਸ 1000-2000 ਦੀ ਛੋੜ ਰੱਖੋ। ਮੰਗਣ ਨੂੰ ਆਪਾਂ ਲੱਖ ਮੰਗ ਲਓ ਵੀ ਫਾਇਦਾ ਨਹੀਂ ਭਾਈ ਜੀ। ਹੁਣ ਇਹ ਜਿਹੇ ਬੈਠਾ ਤੇ ਲੋਕ ਇੱਕ 10 ਵੀ ਮੰਗੀ ਜਾਂਦੇ, ਜਿਹੜੀਆਂ ਸੂਈਆਂ ਬੱਚੇ ਧਰੀ ਖੜੀਆਂ ਨੇ। ਜੈ ਜੀ ਗੱਲ। ਠੀਕ ਹੈ, ਅੱਗੇ ਆ ਗਿਆ 33 ਨੰਬਰ, ਦੂਜੇ ਨੰਬਰ ਦੇ ਹਨਾ। ਦੂਜੇ ਨੰਬਰ ਤੇ ਵਾਈਟ ਵੈਲ ਆ ਗਈ ਜੀ, ਡੈਨਮਾਰਕ ਦੀ ਆਪ ਆ ਗਈ। ਠੀਕ ਹੈ, ਬਾਕੀ ਸੀਮਾਂ ਵਗੈਰਾ ਜਿੰਨੀਆਂ ਆਪਣੇ ਕੋਲ ਵੈਲਾਂ ਦੇ, ਜਿਵੇਂ ਜਰਸੀ ਹੈ ਇਹਦੇ ਵੀ ਸੀਮਾਂ ਦੀ ਡਿਟੇਲ ਹੈਗੀ ਹੈ ਸਾਰੀ। ਠੀਕ ਹੈ, ਇਹਦੇ ਵੀ ਹੈਗੀ ਆ। ਦੂਜਾ ਸੂਆ ਸੁੰਦੀ ਆ ਤੇ ਦਿਨ ਕਿਆ ਕੱਢਦੀ ਹੈ? ਦਿਨ ਇਹਦੇ 15 ਪਾਇਆ ਜੀ, ਪੂਰੇ 25 ਕਿਲੋ ਦੁੱਧ ਨੈਟ ਦਿੱਤਾ ਹਾ ਫਾਰਮ ਚੋਂ ਆਈ ਆ। ਠੀਕ ਹੈ, 25 ਕਿਲੋ ਦੁੱਧ ਮੰਨ ਕੇ ਬੰਦਾ ਲੈ ਸਕਦਾ ਬਾਈ? ਦੁੱਧ 30-30 ਕਿਲੋ ਦੇਊਗੀ, 25 ਕਿਲੋ ਦਾ ਖੁੱਲਾ ਨਾਰਮਲ ਦੇਊਗੀ ਆਰਾਮਦਾਰੀ ਦਾ। ਭਾਅ ਇਹਦਾ ਕੀ ਰਹੂਗਾ? ਭਾਅ ਬਾਈ ਜੀ ਇਹਦਾ ਜਿਹੜਾ ਜਾਇਜ਼ ਮੁੱਲ ਉਹ ਹੈਗਾ 92,000 ਰੁਪਏ, 90 ਦੀ ਆਪਾਂ ਦੇ ਦਾਂਗੇ ਬੱਚੀ। ਜਾਇਜ਼ ਗੱਲ ਆ, ਟੌਪ ਕਲਾਸ ਬੱਚੀ ਆ। ਹਾਂ, ਕਹਿਣ ਦਾ ਨਹੀਂ, ਇਹਨਾਂ ਦੇ ਦੁੱਧ ਦਿੱਤੇ ਹੋਏ ਨੇ, ਆਪਾਂ ਤਾਂ ਕਹਿੰਦੇ ਆ ਰਾਵਣ ਨੂੰ ਵਾਦੀ ਵਾਲਾ ਤਾਂ ਪੂਰੇ ਟੌਪ ਕਲਾਸ ਬੱਚੀਆਂ ਨੇ ਬਾਈ। ਅੱਗੇ 3 ਨੰਬਰ ਆ ਗਈ ਜੀ, ਇਹ ਕਿਹੜਾ ਸੂਆ ਸੁੰਦੀ ਹੈ ਜੀ? ਸੂਆ ਤੀਜਾ ਸੁੰਦੀ ਹੈ ਜਿਹੜੇ ਪਿਓਰ ਜਮੋ। ਠੀਕ ਹੈ,
ਤੀਜਾ ਸੂਆ ਸੁਣਦੀ ਆ ਐਤਕੀ 20 ਤੋਂ ਪਾਰ ਮੰਨ ਕੇ ਲੈਣੇ ਪਾਉਂਦਾ ਖੁੱਲਾ ਦੇਊਗੀ ਜਮਾ ਆਰਾਮਦਾਰੀ ਦਾ ਬੋਡੀ ਵੇਟ ਬਹੁਤ ਚੰਗਾ ਕਰਦਾ ਇਹਦਾ ਭਾਅ ਕੀ ਹੋਊਗਾ 75,000 ਰੁਪਏ 75,000 ਤੀਜਾ ਸੂਆ ਤਾਂ ਆ ਗਈ ਸਾਰੀਆਂ ਨੇ ਹਫ਼ਤੇ ਤੋਂ ਲਵੇ ਲਾਉਣੀ ਨੇ ਠੀਕ ਹੈ ਉਹ ਕੱਲੀ ਲੈ ਆਪਣੇ ਕੋਲ ਕੱਚੀ ਹੈਗੀ ਹਫ਼ਤਾ ਬਾਕੀ ਦੂਜਾ ਸੂਆ ਸੁਣ 24 ਕਿਲੋ ਦਿੱਤਾ ਹੋਇਆ ਜੀ ਪਿਓਰ ਦੂਜਾ ਸੂਆ ਠੀਕ ਹੈ ਪਚੱਤਰ ਹਜ਼ਾਰ ਦੀ ਆ ਗਈ 4 ਨੰਬਰ ਤੇ ਅੱਗੇ ਆ ਗਈ 5ਵੇਂ ਨੰਬਰ ਤੇ ਜੀ ਇਹ ਕਿਹੜਾ ਸੂਆ ਸੁਣਦੀ ਹੈ ਇਹ ਸੂਆ ਸੁਣਦੀ ਹੈ ਜੀ ਪਹਿਲਾ ਠੀਕ ਹੈ ਚੌੜੀ ਮਗਰੋਂ 60 ਘੰਟੇ ਕੀ ਹੈ ਅੱਗੇ ਆ ਗਿਆ 6ਵਾਂ ਨੰਬਰ ਜੀ ਮਹੀਨਾ ਬਾਕੀ ਦੋ ਦੰਦ ਠੀਕ ਹੈ ਸੋ ਪਿਓਰ ਦੋ ਦੰਦ ਪਹਿਲਾ ਸੂਆ ਸੂਜੀ ਪਈ ਆ ਤੇ ਸਮੀ ਬੜੀ ਵੀ ਔਖਿਆ ਦੰਦ ਆਪਣੇ ਚੈੱਕ ਆ ਹਨਾ ਮਹੀਨਾ ਬਾਕੀ ਆ ਤੇ ਸਰਦੀ ਸਾਰਦੀ ਰੰਗਾ ਹੀ ਰੱਖਣੇ ਨੇ ਗਰਮੀ ਸਰਦੀ ਪੂਰੀ ਸੋਹਣਾ ਚੀਜ਼ ਆ ਯਾਰ ਇਦੋਂ ਦਾ ਹੁਣ ਮਤਲਬ ਜਿਹੜਾ ਕੱਚੀਆਂ ਮੇਰਾ ਲੈਣ ਦਾ ਮਕਸਦ ਇਹ ਆ ਵੀਰੇ ਠੀਕ ਹੈ ਵੀ ਘਰੇ ਸਮਝ ਆ ਸਾਰਾ ਕੁਛ ਹੈਗਾ ਬੱਚੇ ਦੇ ਹਨਾ ਸਾਰੀਆਂ ਨਸਲਾਂ ਠੀਕ ਹੈ ਪਚੱਤਰ ਹਜ਼ਾਰ ਦੀ ਦੁੱਧ ਕਿੰਨਾ ਮੰਨ ਕੇ ਚੱਲੇ ਬੰਦਾ ਅੱਗੇ ਆ ਗਈ ਐਂਡ ਤੇ ਖੜੀ ਹਨਾ ਵੱਡੀ ਬੁੱਢੀ ਬਹੁਤ ਜ਼ਿਆਦਾ ਕੱਚੀ ਆ ਗੱਲੀ ਕਹਿਣਾ ਲੈਂਦੀ ਹੈ ਸਾਫ਼ ਸੁਥਰੀ ਆ ਪੂਰੀ ਹਨਾ ਪੂਰੀ ਸਾਫ਼ ਸੁਥਰੀ ਆ ਬਾਕੀ ਜਿੰਦ ਜਾਨ ਬਹੁਤ ਆ ਪਲੀ ਬਹੁਤ ਆ ਕਿੰਨਾ ਦੁੱਧ ਮੰਨ ਕੇ ਚੱਲੇ ਬੰਦੇ ਪੰਜਾਬ ਵਾਲੀ ਜਰਸੀ ਆ ਜਿਹੜੇ ਵੀਰ ਜਰਸੀ ਦੇ ਸ਼ੌਕੀਨ ਨੇ
ਕਾਫੀ ਕਲਰ ਦੀ ਜਰਸੀ, ਕਾਫੀ ਕਲਰ ਦੀ ਜਰਸੀ, ਇਹਦਾ ਭਾਅ ਯਾਰ ਕੀ ਰਹੂਗਾ? ਇਹਦਾ 70,000 ਰੁਪਈਆ ਜੀ। 70,000 ਕਿੰਨਾ ਦੁੱਧ ਮੰਨ ਕੇ ਚੱਲੇ? ਦੁੱਧ ਬਾਈ ਜੀ 24-25 ਕਿਲੋ ਕੱਢ ਦੂਗੀ, ਖੁੱਲਾ 22 ਕਿਲੋ ਪਲਾਉਣ ਦਾ ਦਿੱਤਾ ਹੋਇਆ। ਜੈ ਗੱਲ। ਅੱਗੇ ਆ ਗਈ ਡੱਬੀ ਮੱਛੀ ਜੀ, ਇਹ ਵਿਕੀ ਹੋਈ ਆ ਬਾਈ ਜੀ। ਠੀਕ ਆ, ਅੱਗੇ ਆ ਗਈ ਸਾਹੀਵਾਲ, ਹੈ ਨਾ? ਹਾਂ ਜੀ, ਸਾਹੀਵਾਲ ਪਹਿਲਾਂ ਮੱਛੀ ਆ ਜੀ। ਠੀਕ ਹੈ, ਮੰਡੀ ਠੰਡੀ ਬਹੁਤ ਜ਼ਿਆਦਾ ਹੈਗੀ, ਪਲਾ ਪਾਉਣ ਲੱਗ ਗਈ, ਹੈ ਨਾ? ਹਾਂ ਜੀ, ਪਲਾ ਉਹਨੂੰ ਪਤਾ ਪੈਣਾ ਹੈ, ਬਾਕੀ ਇਹ ਸਾਹੀਵਾਲ ਹੱਥ ਲਾਉਂਦੀ ਹੈ, ਪਾਉਂਦੀ ਵੀ ਹੈ ਜੀ। ਠੀਕ ਹੈ, ਕਿੰਨਾ ਕੁ ਦੁੱਧ ਪਾ ਦੂਗੀ ਇਹ? ਦੁੱਧ ਬਾਈ 15-16 ਕਿਲੋ ਪਾ ਦੂਗੀ। ਚਲੋ, ਪਾ ਕੀ ਰਹੂ ਇਹਦਾ? ਪਾ ਬਾਈ ਜੀ 55 ਦੇ ਦੇ ਦਾਂਗੇ। ਸਿਰਫ 55,000? ਠੀਕ ਹੈ, ਬਸ ਮੰਗਾਂ ਨੂੰ 60-65 ਮੰਗ ਲਈ, ਉਹ ਕੀ ਫਾਇਦਾ? ਆਪਾਂ ਚਾਹੇ 70 ਮੰਗੀ ਚੱਲੀਏ, ਉਹ ਆਪਣੀ ਜ਼ਬਾਨ ਆ, ਪਰ ਆਪਾਂ ਵੇਚਣੀਆਂ ਨੇ, ਰੱਖਣੀਆਂ ਨੇ। ਜੈ ਜੈ ਗੱਲ ਆ, 52,000 ਦੀ ਆਪਾਂ ਦੇਵਾਂਗੇ ਇਹਨੂੰ। ਹਾਂ ਜੀ, ਠੀਕ ਆ। ਸੋ ਬੈਠ ਪੂਰੀ ਚੰਗੀ ਆ, ਸਾਫ਼ ਸੁਥਰੀ, ਲੇਵਲ ਉਗਲੇ ਪਾਸੇ ਹੋ ਕੇ 98-153-6107, ਜਦ ਮਰਜ਼ੀ ਪਹੁੰਚੋ ਇੱਥੇ ਜੱਗੀ ਬਰਨਾਲੇ ਵਾਲੇ ਕੋਲ, ਅਤੇ ਨਗਾਵਾਂ ਤੁਹਾਨੂੰ 10 ਤੋਂ ਲੈ ਕੇ 15 ਦੇ ਵਿੱਚੋਂ ਖੜੀਆਂ ਮਿਲਣਗੀਆਂ। ਜਰਸੀ, HF ਕਰੋਸ, ਹਰ ਤਰ੍ਹਾਂ ਦੀ, ਜੋ ਮਹਿਲਕਲਾਂ ਬਰਨਾਲਾ ਰੋਡ ਤੋਂ ਆਪਾਂ ਸੇਖੇ ਨੂੰ ਜਾਂਦੇ ਹਾਂ, ਆ ਮੂਹਰੇ ਲੱਕੜਾਂ ਆਉਂਦੇ ਨਿਸ਼ਾਨੀ ਦੇ ਪਦਕਾ ਦੀ, ਕਿਤੋਂ ਪੁੱਛਣ ਦੀ ਲੋੜ ਨਹੀਂ, 2 ਕੋਠੀਆਂ ਜੁੜਦੀਆਂ, ਸਾਹਮਣੇ ਨੋਹਰਾ ਬਾਈ ਦਾ, 98-153-6